ਮੈਂ ਇੰਦਰਵੀਰ ਸਿੰਘ ਕਾਦੀ ਹਾਂ, ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ। ਇਕੱਠ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਵਜ੍ਹਾ? ਦੇਖੋ ਜੀ, ਇੱਥੇ BJP ਦੇ ਕੈਂਡੀਡੇਟ ਬਿੱਟੂ ਜੀ ਆ ਰਹੇ ਨੇ ਅਤੇ ਅਸੀਂ ਸਾਰੇ ਕਿਸਾਨ ਵੀਰ ਮਜ਼ਦੂਰ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਤੋਂ ਸਵਾਲ ਜਵਾਬ ਕਰਨਾ ਹੈ ਕਿ ਜੋ ਆਪਾਂ ਦੇਖਿਆ ਕਿਸਾਨਾਂ ਦੇ ਉੱਤੇ ਸਰਕਾਰਾਂ ਨੇ ਗੋਲੀਆਂ ਚਲਾਈਆਂ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਉੱਥੇ ਜਾ ਕੇ ਉਹਨਾਂ ਦਾ ਹਾਲ ਚਾਲ ਕਦੇ ਪੁੱਛਿਆ? ਉਹ ਪਰਿਵਾਰਾਂ ਦਾ ਇਹਨਾਂ ਨੇ ਹਾਲ ਪੁੱਛਿਆ? ਜਿਹੜੇ ਪ੍ਰਿਤਪਾਲ ਸਿੰਘ ਜੀ ਨੇ ਉਹਨਾਂ ਦਾ ਜਬਾੜਾ ਤੋੜ ਦਿੱਤਾ ਗਿਆ, ਉਹ ਲੰਗਰ ਵਰਤਾ ਰਹੇ ਸੀ, ਉਹਨਾਂ ਨੂੰ PG ਐਡਮਿਟ ਕੀਤਾ ਗਿਆ, ਕੀ ਉਹ ਪਰਿਵਾਰਾਂ 'ਚ ਗਏ, ਉਹਨਾਂ ਦਾ ਇਲਾਜ ਕਰਾਇਆ, ਬਿੱਟੂ ਜੀ ਮਿਲੇ ਉਹਨਾਂ ਨੂੰ ਜਾ ਕੇ? ਅਸੀਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ। ਪਟਿਆਲੇ ਸਾਡੇ ਵੀਰ ਸੀ, ਉਹਨਾਂ ਦੇ ਛੋਟੀ ਬੇਟੀ ਆ 3 ਸਾਲ ਦੀ, ਉਹਨਾਂ ਦੀਆਂ ਅਥਰੂ ਗੈਸ ਕਰਕੇ ਅੱਖਾਂ ਚਲੀਆਂ ਗਈਆਂ, ਕੀ ਇਹ ਉਹਨਾਂ ਨੂੰ ਜਾ ਕੇ ਮਿਲੇ? ਉਹ ਪਰਿਵਾਰਾਂ ਦਾ ਕੋਈ ਹਾਲ ਪੁੱਛਿਆ? ਨਹੀਂ ਪੁੱਛਿਆ। ਅਸੀਂ ਇਹ ਪੁੱਛਣ ਆਏ ਹਾਂ ਫਿਰ ਅੱਜ ਇਹ ਕਿਹੜੇ ਮੂੰਹ ਨਾਲ ਇੱਥੇ ਸਾਡੇ ਕਿਹੜੇ ਹੱਕ ਨਾਲ ਇਹ ਵੋਟਾਂ ਮੰਗਣ ਆਏ ਆ? ਸੋ ਅਸੀਂ ਇਸ ਕਰਕੇ ਸਾਰੇ ਕਿਸਾਨ ਵੀਰ ਅਤੇ ਮਜ਼ਦੂਰ ਅਸੀਂ ਸਾਰੇ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਕੇ, ਇਹਨਾਂ ਦਾ ਵਿਰੋਧ ਕਰਕੇ ਇਹਨਾਂ ਤੋਂ ਸਵਾਲ ਪੁੱਛਦੇ ਹਾਂ। ਅਸੀਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਗੱਲਬਾਤ ਹੋਈ? ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਗਿਆ ਜੀ ਵੀ ਅਸੀਂ ਇੱਥੇ ਸਾਰੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਆਏ ਹਾਂ ਅਤੇ ਸਾਡੇ ਨਾਲ ਸਾਡੇ ਜਥੇਬੰਦੀਆਂ ਭਰਾ ਸਾਰੇ ਆਏ ਹੋਏ ਨੇ ਅਤੇ ਅਸੀਂ ਉਹਨਾਂ ਨੂੰ ਇਹੀ ਦੱਸਿਆ। ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਅਸੀਂ ਆਪਣੇ ਤਰਕ ਦੇ ਆਧਾਰ 'ਤੇ ਅਸੀਂ ਖੜ੍ਹੇ ਹਾਂ, ਅਸੀਂ ਕੋਈ ਗਲਤ ਨਹੀਂ ਹੈ, ਅਸੀਂ ਜਵਾਬ ਉਹਨਾਂ ਤੋਂ ਮੰਗਣਾ ਚਾਹੁੰਦੇ ਹਾਂ ਅਤੇ ਉਹ ਜਵਾਬਾਂ ਤੋਂ ਭੱਜ ਰਹੇ ਨੇ। ਕਦੇ ਟਾਈਮ ਘੰਟਾ ਬਦਲ ਦਿੰਦੇ ਆ, ਜਲਦੀ ਰੱਖ ਲੈਂਦੇ ਆ, ਕਦੇ ਲੇਟ ਕਰ ਦਿੰਦੇ ਆ, ਉਹ ਭੱਜ ਰਹੇ ਨੇ, ਅਸੀਂ ਕਿਸੇ ਗੱਲੋਂ ਨਹੀਂ ਭੱਜ ਰਹੇ, ਅਸੀਂ ਉੱਥੇ ਹੀ ਖੜ੍ਹੇ ਹਾਂ। ਜਦ ਮਰਜ਼ੀ ਆ ਕੇ ਸਾਡੇ ਨਾਲ ਉਹ ਡਿਬੇਟ ਕਰ ਲੈਣ, ਜਦ ਮਰਜ਼ੀ ਆ ਕੇ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ, ਅਸੀਂ ਤਿਆਰ ਹਾਂ। ਤੁਹਾਨੂੰ ਲੱਗਦਾ ਉਹਨਾਂ ਤੱਕ ਤਾਂ ਖਬਰ ਪਹੁੰਚ ਚੁੱਕੀ ਹੋਣੀ ਹੈ ਕਿ ਕਿਸਾਨ ਜਥੇਬੰਦੀ ਪਹੁੰਚ ਚੁੱਕੇ ਹੋਣ ਇੱਥੇ ਆਉਣਗੇ? ਬਿਲਕੁਲ ਪਹੁੰਚ ਚੁੱਕੀ ਹੈ ਜੀ, ਤਾਂ ਹੀ ਟਾਈਮ ਬਦਲਿਆ ਜਾ ਰਿਹਾ ਜੀ, ਕਿਉਂਕਿ ਟਾਈਮ ਬਦਲਣ ਦਾ ਕਾਰਨ ਹੀ ਇਹ ਆ। ਪਹਿਲਾਂ ਟਾਈਮ ਹੋਰ ਸੀ, ਫਿਰ ਜਗ੍ਹਾ ਬਦਲ ਦਿੱਤੀ ਗਈ, ਕਦੇ ਕਦੇ ਪੈਲਸ 'ਚ ਰੱਖ ਲਿੱਤਾ ਗਿਆ, ਫਿਰ ਇੱਥੇ ਆ ਗਏ। ਸੋ ਉਹ ਸਾਫ਼ ਤੌਰ 'ਤੇ ਭੱਜ ਰਹੇ ਆ ਸਵਾਲਾਂ ਦਾ ਜਵਾਬ ਦੇਣ ਤੋਂ। ਬਿੱਟੂ ਜੀ ਦਾ ਕਹਿਣਾ ਸੀਗਾ ਕਿ ਜਦੋਂ ਲਾਸਟ ਟਾਈਮ ਵੀ ਕਿਸਾਨ ਬੈਠੇ ਸੀ ਦਿੱਲੀ ਜੰਤਰ ਮੰਤਰ 'ਚ, ਮੈਂ ਵੀ ਉਹਨਾਂ ਦੇ ਨਾਲ ਬਰਾਬਰ ਜੰਤਰ ਮੰਤਰ 'ਚ, ਉਨੇ ਦਿਨ ਮੈਂ ਬੈਠਾ ਸੀਗਾ, ਤਾਂ ਫਿਰ ਵੀ ਕਿਸਾਨ ਜਥੇਬੰਦੀਆਂ ਮੇਰਾ ਵਿਰੋਧ ਕਰ ਰਹੀਆਂ ਨੇ। ਨਹੀਂ, ਚੰਗੀ ਗੱਲ ਆ, ਜੋ ਆਏ ਆ ਅਸੀਂ ਤਾਂ ਕਹਿੰਦੇ ਹਾਂ ਉਹ ਹੁਣ ਵੀ ਆਉਣ, ਉਹ ਇੱਕ ਬਿਆਨ ਦੇ ਦੇਣ ਵੀ ਸਰਕਾਰਾਂ ਨੇ ਜੋ ਕੁਛ ਕੀਤਾ ਉਹ ਗਲਤ ਕੀਤਾ, ਅਸੀਂ ਉਹਨਾਂ ਨੂੰ ਆਪ ਵੋਟਾਂ ਪਵਾਵਾਂਗੇ। ਉਹ ਕਿਸਾਨਾਂ ਦੇ ਲਈ ਜਾਣ ਤਾਂ ਸਹੀ, ਅਸੀਂ ਤਾਂ ਪਹਿਲਾਂ ਉਹੀ ਗੱਲ ਕੀਤੀ ਆ ਕਿ ਜਿਹੜੇ ਭਰਾਵਾਂ ਨਾਲ ਇੰਨਾ ਮਾੜਾ ਸਲੂਕ ਹੋਇਆ, ਗੋਲੀਆਂ ਮਾਰੀਆਂ ਗਈਆਂ, ਸਾਡਾ ਇੱਕ ਵੀਰ ਇੱਥੇ ਆਇਆ ਢਾਡੀ ਇਕਬਾਲ ਸਿੰਘ ਜੀ ਨੇ, ਇਹਨਾਂ ਦੇ ਸਿਰ 'ਚ ਗੋਲੀ ਵੱਜੀ ਸੀ ਅਤੇ ਇਹ ਅੱਜ ਵੀਰ ਸਾਡੇ 'ਚ ਆਇਆ ਕਿ ਇਹਨਾਂ ਦੇ ਕੋਲ ਕਿਤੇ ਗਏ ਨੇ? ਨਹੀਂ ਗਿਆ ਕੋਈ। ਸੋ ਅਸੀਂ ਤਾਂ ਇਹੀ ਕਹਿ ਰਹੇ ਹਾਂ ਜੇ ਉਹ ਗਏ ਹੁੰਦੇ ਤਾਂ ਅੱਜ ਇੱਥੇ ਅਸੀਂ ਨਾ ਆਉਂਦੇ, ਅਸੀਂ ਉਹਨਾਂ ਦੇ ਨਾਲ ਖੜ੍ਹ ਕੇ ਉਹਨਾਂ ਨੂੰ ਵੋਟਾਂ ਪਵਾਉਂਦੇ ਕਿ ਭਾਈ ਆਹ ਬੰਦੇ ਵਧੀਆ ਕੈਂਡੀਡੇਟ ਆ, ਇਹਨਾਂ ਨੂੰ ਵੋਟ ਪਾ ਦੇ, ਅਸੀਂ ਇੱਥੇ ਆਉਂਦੇ ਹੀ ਨਾ, ਉਹਨਾਂ ਦਾ ਵਿਰੋਧ ਹੀ ਨਾ ਕਰਦੇ। ਮੈਂ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਲੁਧਿਆਣੇ ਦਾ ਜੀ। ਅਸੀਂ ਤਾਂ ਸਪਸ਼ਟ ਤੌਰ 'ਤੇ ਇੱਥੇ ਇਹੀ ਕਹਿਣਾ ਚਾਹੁੰਦੇ ਹਾਂ ਜੀ, ਅਸੀਂ ਇਹਨਾਂ ਦੀ ਵਿਰੋਧਤਾ ਕਰਨੀ ਆਏ, ਅਸੀਂ ਸਿਰਫ ਸਵਾਲ ਕਰਨ ਆਏ ਹਾਂ ਵੀ ਜਿਹੜੇ ਸਾਡੇ ਕਿਸਾਨ ਵਿਚਾਰੇ ਉੱਥੇ ਬੈਠੇ ਹੋਏ ਨੇ ਕਿੰਨੇ ਦਿਨਾਂ ਤੋਂ ਵਿੱਚ, ਪਹਿਲੀ ਗੱਲ ਤਾਂ ਉਹਨਾਂ ਨੂੰ ਦਿੱਲੀ ਨਹੀਂ ਐਂਟਰ ਹੋਣ ਦਿੱਤਾ ਗਿਆ ਕਿ ਸਾਡੇ ਇੰਨੇ ਵੀ ਅਧਿਕਾਰ ਨਹੀਂ ਰਹੇ ਵੀ ਅਸੀਂ ਦਿੱਲੀ ਨਾ ਜਾ ਸਕੀਏ। ਇਸ ਸੰਸਾਰ ਨੂੰ, ਇਸ ਪੰਜਾਬ ਨੂੰ, ਇਸ ਭਾਰਤ ਨੂੰ ਰੋਟੀ ਦੇਣ ਵਾਲਾ ਅੰਨਦਾਤਾ ਪੰਜਾਬ ਦਾ, ਜਿਹੜਾ ਹਰੀ ਕ੍ਰਾਂਤੀ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਪੰਜਾਬ ਲੈ ਕੇ ਆਏ ਸੀ ਜਦੋਂ ਇਹ ਭਾਰਤ ਭੁੱਖਾ ਮਰਦਾ ਸੀਗਾ, ਅੱਜ ਉਸ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ। ਅਤੇ ਐਸੀ ਕਿਹੜੀ BJP 'ਚ ਦੁੱਧ ਐਸਾ ਬਣਾਉਂਦੇ ਵੀ ਜਿਹੜਾ ਇਹਨਾਂ ਦੀ ਪਾਰਟੀ 'ਚ ਜਾਂਦਾ ਦੁੱਧ ਧੋਤਾ ਹੋ ਜਾਂਦਾ ਜੀ?
ਆ ਦੱਸੋ ਇਹਨਾਂ ਦੇ ਦਾਦਾ ਜੀ ਸਰਦਾਰ ਕਹਿੰਦੇ ਬੇਅੰਤ ਸਿੰਘ ਜੀ ਕਾਂਗਰਸ 'ਚ ਕਿੰਨੇ ਸਾਲ ਰਹੇ ਨੇ, ਇਹ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਹੋਣ ਦੇ ਬਾਵਜੂਦ ਇਹ ਇੱਕਦਮ ਛੜੱਪਾ ਮਾਰ ਕੇ BJP 'ਚ ਅਤੇ ਹੁਣ BJP ਦੇ ਗੁਣ ਗਾਉਣ ਲੱਗ ਗਏ। ਸਾਡਾ ਤਾਂ ਅਮਰੀਤ ਸਿੰਘ ਬਿੱਟੂ ਨੂੰ ਇੰਨਾ ਹੀ ਸਵਾਲ ਹੈ ਵੀ ਤੁਹਾਡਾ ਸਿਰਫ ਵਿਰੋਧ ਤਾਂ ਨਹੀਂ ਕਰਨਾ ਜੀ, ਸਾਡੇ ਕੋਲ ਸਿਰਫ ਅਸੀਂ ਤੁਹਾਡੇ ਕੋਲ ਜਵਾਬ ਪੁੱਛਣੇ ਆ, ਸਵਾਲ ਕਰਨੇ ਆ, ਸਿਰਫ 15-20 ਮਿੰਟ ਦਾ ਸਾਨੂੰ ਸਮਾਂ ਦਿੱਤਾ ਜਾਵੇ ਵੀ ਸਾਡੇ ਜਿਹੜੇ ਕਿਸਾਨ ਨੇ ਉੱਥੇ ਮਰਦੇ ਜਾ ਰਹੇ, ਸ਼ੁਭ ਕਰਨ ਸਾਡਾ ਵਿਚਾਰਾ ਉੱਥੇ ਗੋਲੀਆਂ ਨਾਲ ਸ਼ਹੀਦ ਕਰਦਾ, ਸਿੱਧੀਆਂ ਗੋਲੀਆਂ ਚੱਲ ਰਹੀਆਂ ਉੱਥੇ ਸ਼ੰਭੂ 'ਤੇ, ਜਿਹੜੀਆਂ ਬਾਰਡਰ 'ਤੇ ਗੋਲੀਆਂ ਚੱਲ ਰਹੀਆਂ ਉਹ ਸ਼ੰਭੂ 'ਤੇ ਚੱਲ ਰਹੀਆਂ, ਐਡੇ ਅਸੀਂ ਉੱਥੇ ਕੋਈ ਹਥਿਆਰ ਲੈ ਕੇ ਨਹੀਂ ਜਾ ਰਹੇ, ਸਿਰਫ ਅਸੀਂ ਇਹਨਾਂ ਕੋਲ ਸਵਾਲ ਪੁੱਛਣਾ, ਪਰ ਇਹ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਜੀ, ਇਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਰਹੇ। ਜਿਵੇਂ ਸਭ ਨੂੰ ਪਤਾ ਕਿ ਮੋਦੀ ਸਰਕਾਰ ਜਿਹੜੀ ਕਿਸਾਨਾਂ ਦੇ ਖਿਲਾਫ਼ ਚੱਲਦੀ ਪਈ, ਜੇ ਇਹਨਾਂ ਨੂੰ ਕਿਸਾਨਾਂ ਦੀ ਇੰਨੀ ਟੈਨਸ਼ਨ ਹੁੰਦੀ ਅਤੇ ਕਿ ਇਹ ਮੋਦੀ ਸਰਕਾਰ ਦੇ ਨਾਲ ਮਿਲਦੇ ਜਾ ਕੇ BJP ਜਾਂਦੇ ਵੀ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਗਏ ਜੋ ਇਹਨਾਂ ਦੀ ਮਾਂ ਪਾਰਟੀ ਆ? ਇਹ ਜੀ ਸਿਰਫ ਇਹਨਾਂ ਨੂੰ ਸਿਰਫ ਕੁਰਸੀ ਹੁੰਦੀ ਆ ਜਿਹੜੀ ਕੁਰਸੀ ਉਹਦਾ ਹੀ ਉਹ ਵੀ ਪਿਆਰੀ ਹੈ ਜੀ, ਇਹਨਾਂ ਨੂੰ ਸਿਰਫ ਕੁਰਸੀ ਪਿਆਰੀ, ਇਹਨਾਂ ਨੂੰ ਕੋਈ ਕਿਸਾਨਾਂ ਲੈ ਦਿੰਦੇ ਨੇ, ਕੋਈ ਹਮਦਰਦੀ ਨਹੀਂ ਕਿਸਾਨਾਂ ਨਾਲ ਇਹਨਾਂ ਨੂੰ, ਇਹਨਾਂ ਨੂੰ ਸਿਰਫ ਇਹ ਵੀ ਮੈਨੂੰ ਸਿਕਿਉਰਿਟੀ ਮਿਲ ਜੇ ਅਤੇ BJP ਦੇ ਇਹਨਾਂ ਨੂੰ ਟਿਕਟ ਮਿਲ ਜੇ ਅਤੇ ਅਸੀਂ ਬਸ ਲੁਧਿਆਣੇ ਤੋਂ ਇਹਨਾਂ ਨੂੰ ਜਨਤਾ ਨੂੰ ਝੂਠ ਮਾਰ ਕੇ ਸਿੱਧਾ ਹੀ ਝੂਠ ਮਾਰ ਕੇ ਜਿੱਤ ਸਕੀਏ, ਪਰ ਇਹਨਾਂ ਨੇ ਲੁਧਿਆਣੇ 'ਚੋਂ ਸੀਟ ਨਹੀਂ ਜੀ ਕੱਢਣੀ, ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਰਵਨੀਤ ਸਿੰਘ ਬਿੱਟੂ ਨੇ ਉੱਥੇ ਲੁਧਿਆਣੇ 'ਚੋਂ ਵੋਟ ਨਹੀਂ ਜੀ ਪੈਂਦੀ, ਜਾਗਦੀ ਜ਼ਮੀਰ ਵਾਲੇ ਨੂੰ ਵੋਟ ਨਹੀਂ ਇਸ ਬੰਦੇ ਨੂੰ ਪਾਉਣ ਲੱਗੇ, ਇਹ ਸਾਡਾ ਦਾਅਵਾ ਜੀ ਇਸ ਗੱਲ ਦਾ। ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜੇ ਮੈਂ MP ਬਣ ਕੇ ਜਾਣਾ ਐਤਵਾਰ 'ਤੇ ਸਭ ਨਾਲ ਪਹਿਲਾਂ ਮੈਂ ਕਿਸਾਨਾਂ ਦੇ ਮੁੱਦੇ ਨੂੰ ਉੱਥੇ ਰੱਖੂੰਗਾ। ਇਹ ਤਾਂ ਇੱਕ ਹਾਸੋ ਹੀ ਨਹੀਂ ਗੱਲ ਹੈ, ਪਹਿਲਾਂ ਵੀ ਇਹ ਦੁੱਧ ਤੇ ਬਿੱਲੀ ਵਾਲੀ ਗੱਲ ਹੋ ਗਈ ਜੀ, ਅੱਖਾਂ ਮੀਟ ਕੇ ਦੁੱਧ ਤੇ ਮੈਂ, ਇਹ ਤਾਂ ਉਹ ਗੱਲ ਹੋ ਗਈ, ਹਾਂ ਇਹ ਉਹ ਗੱਲ ਹੈ, ਇੱਦਾਂ ਦੀ ਗੱਲ। ਇਹ ਪਹਿਲਾਂ ਵੀ ਸਾਡੇ ਨਾਲ ਮੋਰਚੇ 'ਤੇ ਕਹਿੰਦੇ ਸੀ ਨਾ ਸਾਡੇ ਨਾਲ ਬੈਠਦੇ ਜਦੋਂ ਕਾਂਗਰਸ 'ਚ ਹੁੰਦੇ ਸੀ ਵੀ ਸਾਡੇ ਮੋਰਚੇ ਦੇ ਵਿੱਚ ਨਾ, ਹੁਣ ਇਹਨਾਂ ਨੂੰ ਇੱਕਦਮ ਕੀ ਹੋ ਗਿਆ ਜੀ ਵੀ ਜਿਹੜਾ ਜਾ ਕੇ BJP ਨਾਲ ਰਲ ਗਏ ਜਿਹੜੀ ਕਿਸਾਨਾਂ ਦੀ ਕਾਤਲ ਪਾਰਟੀ ਹੈ। ਸੋ ਸਾਰੇ ਇਹਨਾਂ ਨੂੰ ਸਿਰਫ ਅਸੀਂ ਵਿਰੋਧ ਕਰਨੇ ਆ, ਸਿਰਫ ਇਹ ਸਵਾਲ ਕਰਨੇ ਆ ਇਹਨਾਂ ਤੋਂ ਅਤੇ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ। ਜਿਹੜੀ ਪਾਰਟੀ ਦਾ ਇਹ ਹੁਣ ਤੱਕ ਵਿਰੋਧ ਕਰਦੇ ਆ ਜਾਂ ਉਸੇ ਪਾਰਟੀ ਦੇ ਵਿੱਚ ਬਿੱਟੂ ਜਾ ਰਲਿਆ, ਹੁਣ ਉਹ ਸਹੀ ਹੋ ਗਈ? ਜੇ ਇਹਨੂੰ ED ਦਾ ਵਿਜੀਲੈਂਸ ਦਾ ਐਡਾ ਹੀ ਡਰ ਸੀ, ਬਾਕੀ ਵੀ ਜਿਹੜੇ ਰਲੇ ਨੇ ਇਹਨਾਂ ਦੇ ਨਾਲ, ਉਹ ED ਨੇ, ਵਿਜੀਲੈਂਸ ਨੇ, CBI ਨੇ ਡਰਾ ਕੇ ਹੀ ਪੜੇ ਨੇ ਇਹਨਾਂ ਦੇ ਨਾਲ, ਸਾਰਿਆਂ ਨੂੰ ਪਤਾ BJP ਹਰ ਵੀ ਰਹੀ ਹੈ, ਠੀਕ ਹੈ ਨਾ, ਔਰ ਸਾਰਿਆਂ ਨੂੰ ਪਤਾ ਉਹ ਰਲੇ ਇਸੇ ਕਰਕੇ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਫਾਈਲਾਂ ਤਿਆਰ ਸੀਗੀਆਂ ਇਹਨਾਂ ਨੇ, ਚਾਹੇ ਨਜਾਇਜ਼ ਆ ਚਾਹੇ ਜਾਇਜ਼ ਆ, BJP ਵਾਲੇ ਤਾਂ ਜੇਲ੍ਹ 'ਚ ਧੱਕੀ ਜਾਂਦੇ, ਜਿਹੜਾ ਰਲ ਗਿਆ ਉਹ ਦੁੱਧ ਧੋਤਾ ਹੋ ਜਾਂਦਾ ਇਹਨਾਂ ਦਾ। ਆ ਮਹਾਰਾਸ਼ਟਰ ਦੇ ਵਿੱਚ ਵੀ ਉਹ ਜਿਹਨਾਂ ਦੇ ਖਿਲਾਫ਼ ਇਹਨਾਂ ਨੇ ਇਲੈਕਸ਼ਨ ਲੜਿਆ, ਹੁਣ ਬਾਕੀ ਸਟੇਟਾਂ ਦੇ ਵਿੱਚ ਜਿਨ੍ਹਾਂ ਦੇ ਖਿਲਾਫ਼ ਇਲੈਕਸ਼ਨ ਲੜਿਆ ਵੀ ਇਹ ਭ੍ਰਿਸ਼ਟਾਚਾਰ ਆ, ਉਹ ਸਾਰੇ ਇਹਨਾਂ ਦੇ ਨਾਲ BJP ਦੇ ਰਲ ਗਏ ਨੇ, ਇਹ ਡਰਦੇ ਹੀ ਰਲਦੇ ਨੇ। ਇਹਦੇ ਨਾਲ ਤਾਂ ਚੰਗਾ ਸੀ, ਦੋ ਵਾਰੀ MP ਰਹਿ ਗਿਆ ਸੀ, ਹੁਣ ਘਰੇ ਬਹਿ ਜਾਂਦਾ, ਜੇ ਇਹਨੂੰ ਇੰਨੇ ਡਰ ਸੀ ਚਲੋ ਮੈਂ ਇਲੈਕਸ਼ਨ ਨਹੀਂ ਲੜਦਾ, ਕੀ ਲੋੜ ਸੀ ਇਹਨੂੰ BJP ਲੜਨ ਦੀ? ਨਾਲੇ ਉਹਦਾ ਵਿਰੋਧ ਕਰਦਾ ਰਿਹਾ ਵੀ ਕਿਸਾਨ ਵਿਰੋਧੀ ਆ, ਹੁਣ BJP ਕਿਸਾਨ ਹਿਤੈਸ਼ੀ ਹੋ ਗਈ ਆ? ਇਹ ਅੰਬਾਨੀਆਂ ਅਡਾਨੀਆਂ ਦਾ ਜਿਹੜਾ ਹੈਗਾ ਕਾਰੋਬਾਰ ਵਧਾਉਣ ਦੇ ਲਈ ਜਿਹੜੀ ਆ BJP ਇਹ ਪੰਗੇ ਕਰ ਰਹੀ ਆ। ਪਹਿਲਾਂ ਲੋਕਾਂ ਕੋਲ ਇੱਕ ਵੋਟ ਦਾ ਅਧਿਕਾਰ ਸੀਗਾ, ਉਹ ਇਹਨਾਂ ਨੇ ਖੋਇਆ, EVM ਮਸ਼ੀਨ ਲਿਆ ਕੇ ਉਹ ਵੀ ਇਹਦੇ ਘਰ ਖੋਲਿਆ, ਹੁਣ ਵੋਟਾਂ ਵਾਲੇ ਤਾਂ ਗੱਲ ਹੀ ਨਹੀਂ ਹੈਗੀ, ਵੋਟ ਵੱਢਣ ਕੋਈ ਤਾਂ ਬਹੁਤੇ ਪੈਂਦੀ ਕਿਸੇ ਨੂੰ ਆ। ਦੂਸਰਾ ਅਧਿਕਾਰ ਸੀਗਾ ਲੋਕਾਂ ਕੋਲ ਪ੍ਰੋਟੈਸਟ ਕਰਦੇ ਸੀਗੇ, ਧਰਨੇ ਲਾ ਲੈਂਦੇ ਸੀ, ਹੁਣ ਤਾਂ ਪ੍ਰੋਟੈਸਟ ਦਾ ਅਧਿਕਾਰ ਵੀ ਖੋਲਿਆ, ਰੋਡ ਜਾਮ ਕਰ ਰਿਹਾ। ਜ਼ਿਮੀਂਦਾਰਾਂ ਨੂੰ ਇਹ ਕਹਿੰਦੇ ਸੀਗੇ ਵੀ ਜ਼ਿਮੀਂਦਾਰ ਜਿਹੜੇ ਸੜਕਾਂ ਜਾਮ ਕਰਦੇ ਆ, ਹੁਣ ਸੜਕਾਂ ਜਿਹੜੀਆਂ ਸ਼ੰਭੂ ਬਾਰਡਰ ਦੇ ਉੱਤੇ ਜਾਂ ਫਰੌਰੀ ਬਾਰਡਰ ਦੇ ਉੱਤੇ ਜਾਮ ਕਰੀਆਂ, ਉਹ ਕਿਸਾਨਾਂ ਨੇ ਕਰੀਆਂ ਨੇ, BJP ਨੇ ਕਰੀਆਂ। ਇਹ ਲੋਕਾਂ ਨੂੰ ਕਹਿੰਦੇ ਕਾਨੂੰਨ ਦੀ ਪਾਲਣਾ ਕਰੋ, ਇਹ ਕਦੋਂ ਕਾਨੂੰਨ ਦੀ ਪਾਲਣਾ? ਪਹਿਲਾਂ ਸਰਕਾਰ ਆਪ ਕਰੇ, ਜਨਤਾ ਨੂੰ ਬਾਅਦ 'ਚ ਜਿਹੜੀ ਆ ਪੜੌਤੀਆਂ ਪੜਾਵੇ ਵੀ ਇਹ ਤੁਸੀਂ ਕਾਨੂੰਨ ਦੀ ਪਾਲਣਾ ਕਰਨੀ ਆ। ਕਿਸਾਨ ਉੱਥੇ ਬੈਠੇ ਆ, ਹੁਣ ਤਾਂ ਸੁਪਰੀਮ ਕੋਰਟ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ, ਫਿਰ ਇਹਨਾਂ ਨੇ ਰਸਤਾ ਇਹ ਸਰਕਾਰ ਕਿਉਂ ਰੋਕ ਕੇ ਬੈਠੀ ਆ? ਫਿਰ ਜਿਹੜੇ ਇਹ ਕਾਨੂੰਨ ਦੀ ਪਾਲਣਾ ਜਨਤਾ ਨੂੰ ਕਹਿੰਦੇ ਆ, ਜਨਤਾ ਦੇ ਹੱਕ ਦੇ ਵਿੱਚ ਕਾਨੂੰਨ ਹੈ ਕਿਹੜੇ ਆ? ਜਿਹੜੇ ਮਾੜੇ ਮੋਟੇ ਸੀਗੇ ਉਹ ਵੀ ਜਿਹੜਾ ਇਹ ਪ੍ਰਸ਼ਾਸਨ ਦੇ ਉੱਤੇ, ਪ੍ਰਸ਼ਾਸਨ ਸਾਡਾ ਹੀ ਜਿਹੜਾ ਭਾਈ ਭਤੀਜੇ ਨੇ,
ਪ੍ਰਸ਼ਾਸਨ ਵੀ ਜਿਹੜਾ ਸਾਡੇ ਭਰਾ ਨੇ, ਕਿਸਾਨਾਂ ਦੇ ਪੁੱਤ ਨੇ, ਮਜ਼ਦੂਰਾਂ ਦੇ ਪੁੱਤ ਨੇ, ਉਹਨਾਂ ਦੇ ਉੱਤੇ ਵੀ ਇੰਨਾ ਦਬਾਅ ਆ। ਉਹ ਵਿਚਾਰੇ ਗਲਤ ਫੈਸਲਾ ਲੈਣਾ ਨਹੀਂ ਚਾਹੁੰਦੇ, ਪਰ ਉਹਨਾਂ ਨੇ ਵੀ ਆਪਣਾ ਬੱਚੇ ਪਾਲਣੇ ਨੇ। ਇਹਨਾਂ ਦੇ ਉਹਨਾਂ ਨੂੰ ਵੀ ਜਦੋਂ ਉੱਪਰੋਂ ਦਬਕਾ ਪੈਂਦਾ, ਉਹਨੂੰ ਮਜ਼ਬੂਰੀ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਜਿਹੜੇ ਆ ਕਿਸਾਨਾਂ ਦੇ ਉੱਤੇ ਪਰਚੇ ਕਰਨੇ ਪੈਂਦੇ ਆ, ਗੋਲੀਆਂ ਚਲਾਉਣੀਆਂ ਪੈਂਦੀਆਂ, ਲਾਠੀਆਂ ਚਲਾਉਣੀਆਂ ਪੈਂਦੀਆਂ। ਇੰਨਾ ਗੋਲਾਬਾਰੀ ਤਾਂ ਜਿਹੜੀ ਆ ਪਾਕਿਸਤਾਨ ਦੇ ਬਾਰਡਰ 'ਤੇ ਨਹੀਂ ਹੁੰਦੀ ਜਿਹੜੀ ਇਹਨਾਂ ਨੇ ਉੱਥੇ ਉਹ ਚਲਾਈ ਹੈ। ਕਿੰਨਾ ਕਿਸਾਨ ਮਰਿਆ ਉੱਥੇ? ਬਿਲਕੁਲ ਵੇਟ ਕਰਾਂਗੇ ਅਸੀਂ। ਲੁਧਿਆਣੇ ਵੀ ਕਰਿਆ ਸੀ ਉੱਦਣ ਵੀ ਇਹ, ਉਹ ਕੈਲਾਸ਼ ਨਗਰ ਵਾਲਾ ਅਤੇ ਸੁਭਾਸ਼ ਨਗਰ ਵਾਲਾ ਪ੍ਰੋਗਰਾਮ ਛੱਡ ਕੇ ਭੱਜਿਆ ਸੀ ਨਾ, ਦੂਸਰੇ ਦਿਨ ਵੜਕਾ ਮਾਰਦਾ ਸੀਗਾ, ਕਹਿੰਦਾ ਮੈਂ ਕਿਸਾਨਾਂ ਤੋਂ ਡਰਦਾ ਯਾਰ, ਜਿੱਥੇ ਮਰਜ਼ੀ ਆ ਕੇ ਮੇਰੇ ਨਾਲ ਗੱਲ ਕਰ ਲੈਣ। ਫਿਰ ਗੱਲ ਕਰੀ ਕਿਉਂ ਨਹੀਂ? ਫਿਰ ਅਸੀਂ ਤਾਂ ਖੜ੍ਹੇ ਸੀ ਉੱਥੇ, ਅੱਜ ਵੀ ਇੱਥੇ ਖੜ੍ਹੇ ਆ, ਇਹਨੇ ਆਉਣਾ ਨਹੀਂ, ਤੁਸੀਂ ਦੇਖ ਲਿਓ, ਆਉਣਾ ਨਹੀਂ ਇਹਨੇ, ਭੱਜੂਗਾ ਇਹ। ਇਹ ਸਵਾਲਾਂ ਦਾ ਜਵਾਬ ਦੇ ਨਹੀਂ ਸਕਦੇ। ਇਹ ਕਰਦੇ ਆ ਨਾ ਵੀ ਲੋਕਾਂ ਨੂੰ ਅਧਿਕਾਰ ਆ, ਜਨਤਾ ਦੇ ਕੋਲ ਵੋਟ ਦਾ ਅਧਿਕਾਰ ਹੈ, ਇਹਨੂੰ ਵੋਟ ਪਾ ਦੇ। ਰਵਨੀਤ ਸਿੰਘ ਬਿੱਟੂ ਦਾ ਕੋਈ ਰਸਤਾ ਰੋਕ ਨਹੀਂ ਸਕਦਾ ਕੋਈ? ਕੌਣ ਕਹਿੰਦਾ? ਰਵਨੀਤ ਸਿੰਘ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਯਾਰ, ਉਹ ਲੀਡਰ ਏ ਕਾਹਦਾ ਜਿਹੜਾ, ਮੇਰੀ ਗੱਲ ਸੁਣੋ, ਲੀਡਰ ਚਾਹੇ ਵੋਟਾਂ 'ਚ ਹਾਰ ਜਾਵੇ, ਉੱਦਾਂ ਹਾਰ ਜਾਵੇ, ਕੰਮ ਦੇ ਲੈਵਲ ਦੇ ਉੱਤੇ ਹਾਰ ਜਾਵੇ, ਪਰ ਉਹ ਲੀਡਰ ਏ ਕਾਹਦਾ? ਜੇ ਫਿਰ ਜਵਾਨੋਂ ਹਾਰ ਗਿਆ, ਜਵਾਨ ਤੋਂ ਨਹੀਂ ਇਹਨਾਂ ਨੇ ਹਾਰਨਾ ਹੈਗਾ। ਇਹਨਾਂ ਨੂੰ ਸਿਆਸਤ ਦੇ ਵਿੱਚ ਸਿਖਾਇਆ ਹੋਇਆ ਵੀ ਤੁਸੀਂ ਜਵਾਨ ਤੋਂ ਹਾਰਨਾ ਨਹੀਂ ਯਾਰ। ਇਹ ਜਿਹੜੀਆਂ ਨਾਗਪੁਰ ਜਾ ਕੇ ਜਿਹੜੀਆਂ ਉਹ ਸਿਆਸੀ ਜਿਹੜੇ ਉੱਥੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਉਹ ਕਾਹਦੀ ਦਿੱਤੀ ਜਾਂਦੀ ਆ? ਆ ਬੀਜੇਪੀ ਵਾਲਿਆਂ ਨੂੰ ਜਾਂ ਹੋਰ ਪਾਰਟੀਆਂ, ਅਕਾਲੀ ਦਲ ਵੀ ਉੱਥੋਂ ਹੀ ਲੈ ਕੇ ਆਇਆ ਸੀ ਨਾ ਟ੍ਰੇਨਿੰਗ, ਇਹਨਾਂ ਨੇ ਵੀ ਉੱਥੇ ਭੇਜੇ ਸੀ, ਕਹਿੰਦੇ ਜੀ ਬੰਬੇ ਜਾ ਰਹੇ ਹਾਂ, ਨਾਗਪੁਰ ਜਾ ਰਹੇ ਹਾਂ, ਉੱਥੇ ਟ੍ਰੇਨਿੰਗਾਂ ਹੋਣੀਆਂ, ਗੋਆ ਦੇ ਵਿੱਚ ਟ੍ਰੇਨ, ਕਾਹਦੀਆਂ ਹੁੰਦੀਆਂ? ਉਹ ਇਹੀ ਸਿਆਸਤ ਹੁੰਦੀ ਆ ਵੀ ਤੁਸੀਂ ਜੇ ਕੋਈ ਤੁਹਾਡਾ ਵਿਰੋਧ ਕਰਦਾ, ਉਹਨੂੰ ਪਿਆਰ ਦੇ ਨਾਲ ਲਾ ਕੇ ਉਹਨੂੰ ਠੰਡਾ ਕਰ ਦਿਉ। ਦੂਸਰਾ ਵੀ ਤੁਸੀਂ ਜਵਾਨੋਂ ਹਾਰਨਾ ਨਹੀਂ, ਇਹਨਾਂ ਨੇ ਜਵਾਨੋਂ ਨਹੀਂ ਹਾਰਨਾ ਹੈਗਾ, ਇਹ ਟ੍ਰੇਨਿੰਗ ਇਹਨਾਂ ਦੀ ਇਸੇ ਚੀਜ਼ ਦੀ ਹੁੰਦੀ ਹੈ, ਹੋਰ ਕਿਆ ਕਰਨਾ ਇਹਨਾਂ ਨੇ? ਮਨੀਤ ਬਿੱਟੂ ਉਹਨਾਂ ਨੇ ਆਉਣਾ ਸੀ, ਪਤਾ ਨਹੀਂ ਕਿਸਾਨਾਂ ਦੇ ਕਿਸੇ ਕੋਈ ਪ੍ਰੋਬਲਮ ਕਰਕੇ ਉਹ ਨਹੀਂ ਆਏ, ਅਤੇ ਜਾਂ ਉਹਨਾਂ ਦਾ ਪ੍ਰੋਬਲਮ ਚੇਂਜ ਹੋ ਗਿਆ। ਵਜ੍ਹਾ ਦੇਖੋ, ਹੁਣ ਕਿਸਾਨ ਆਏ ਸੀ ਬਾਹਰੋਂ, ਜਿਹੜੇ ਆਏ ਸੀਗੇ ਕਿਸਾਨ, ਉਹਨਾਂ ਨੇ ਆ ਕੇ ਧਰਨਾ ਲਾਇਆ ਸੀ ਇੱਥੇ ਸਾਡੇ ਪਿੰਡ 'ਚ, ਅਤੇ ਬਾਕੀ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ, ਜੋ ਆਪਣਾ ਕਰਨਾ ਚਾਹੁੰਦੇ ਸੀ, ਉਹ ਆਪਣਾ ਪੇਸ਼ ਮਿਲਣਾ ਚਾਹੁੰਦੇ ਬਿੱਟੂ ਜੀ ਨੂੰ। ਕੀ ਪਤਾ ਉਹਨਾਂ ਦਾ ਕੋਈ ਪ੍ਰੋਗਰਾਮ ਚੇਂਜ ਹੋਇਆ ਜਾਂ ਕਿੱਦਾਂ ਵੀ, ਉਹ ਨਹੀਂ ਆ ਪਾਏ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਅਸੀਂ ਆਨੇ ਆ, ਮੈਂ ਠੀਕ ਆ ਬਿੱਟੂ, ਮੰਦਰ ਬਣਾ ਗਿਆ। ਅੱਛਾ ਜੀ, ਹਾਂ ਠੀਕ। ਅਤੇ ਕਿੱਦਾਂ ਸਵਾਲਾਂ ਦਾ ਕਿਉਂ ਭੱਜ ਰਿਹਾ, ਕੀ ਵਜ੍ਹਾ ਸਕਦੀ ਹੈ? ਭੱਜਿਆ ਆਇਆ ਹੀ ਨਹੀਂ ਇੱਥੇ, ਉਹ ਮੈਂ ਕਿਹਾ ਕਿਉਂ ਨਹੀਂ ਪਹੁੰਚ ਸਕਿਆ, ਪਹੁੰਚਿਆ ਹੀ ਨਹੀਂ ਇੱਥੇ ਆ ਕੇ। ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਪਿੰਡ ਦੇ ਹੋ? ਹਾਂਜੀ ਸਰ, ਤੁਸੀਂ ਕਿਉਂ ਸਵਾਲਾਂ ਦਾ ਭੱਜ ਰਹੇ ਹੈ? ਜਾਣ ਦਿੱਤਾ ਗਿਆ ਤੇ ਪਿੰਡਾਂ 'ਚ ਫਿਰ ਉਹਨਾਂ ਦਾ ਕੀ ਹੱਕ ਆਉਣ ਦਾ? ਮੈਂ ਉਹੀ ਕਹਿ ਰਿਹਾ ਵੀ ਸਾਹਮਣਾ ਕਿਉਂ ਨਹੀਂ ਕਰ ਪਾ ਰਹੇ ਕਿਸਾਨਾਂ ਦਾ? ਸਾਹਮਣਾ ਜਵਾਬ ਨਹੀਂ ਦੇ ਪਾਣਗੇ ਜੀ, ਉਹ ਜੇ ਸਾਹਮਣਾ ਕਰਨਗੇ ਨਾ ਜਵਾਬ ਨਹੀਂ ਦੇ ਪਾਣਗੇ, ਕਿਉਂਕਿ ਸਿੱਧਾ ਸਿੱਧਾ ਜੀ ਉਹਨੂੰ ਪਤਾ ਸੀਗਾ ਕਿ ਜਿਹੜੇ ਕਿਸਾਨ ਹੈਗੇ ਆ ਉਹ ਹਮੇਸ਼ਾ ਜੋ ਉਹਦਾ ਆਪਣੇ ਕਾਨੂੰਨ ਲਾਗੂ ਹੋਏ ਆ ਜੀ, ਬੀਜੇਪੀ ਦੇ ਖਿਲਾਫ ਚੱਲਦੇ ਪਏ ਆ, ਕਾਂਗਰਸ 'ਚ ਉਹਨਾਂ 'ਚੋਂ ਮਾਂ ਬੋਲੀ ਮਾਂ ਕਾਂਗਰਸ ਉਹਨਾਂ ਦੀ ਪਾਰਟੀ ਆ, ਬਿਲਕੁਲ ਛੱਡ ਕੇ ਫਿਰ ਵੀ ਉਹ ਬੀਜੇਪੀ ਚੱਲ ਗਏ ਹੋ? ਸਰ ਜੀ ਉਹ ਬੀਜੇਪੀ 'ਚ ਨਾ ਜਾਂਦੇ ਤਾਂ ਫਿਰ ਅੰਦਰ ਹੁੰਦੇ, ਜੇ ਉਹ ਨਾ ਜਾਂਦੇ ਨਾ ਫਿਰ ਉਹ ਅੰਦਰ ਹੁੰਦੇ, ਜਿੱਦਾਂ ਕੇਜਰੀਵਾਲ ਸਾਹਿਬ ਨੇ ਆਪਣੇ ਡਰ ਮਰ ਗਏ ਉਹ ਜੀ, ਬਿਲਕੁਲ ਉਹ ਤਾਂ ਬਲੈਕਮੇਲ ਕਰਕੇ ਗਏ ਆ, ਚਾਹੇ ਜਿੱਦਾਂ ਤੁਸੀਂ ਕਹਿ ਦਿਓ, ਕਿਸੇ ਨਾ ਕਿਸੇ ਵਜ੍ਹਾ ਕਰਕੇ ਗਏ ਆ, ਜੇ ਨਾ ਜਾਂਦੇ ਬੀਜੇਪੀ 'ਚ ਤਾਂ ਫਿਰ ਅੰਦਰ ਹੁੰਦੇ। ਦੋ ਵਾਰੀ ਵੋਟਾਂ ਪਈਆਂ ਇੱਥੇ, ਵਿਰੋਧ ਵੀ ਨਾ ਹੁੰਦਾ, ਬਿਲਕੁਲ ਫਿਰ ਵਿਰੋਧ ਵੀ ਨਾ ਹੁੰਦਾ, ਦੂਸਰੀਆਂ ਪਾਰਟੀਆਂ ਆ ਰਹੀਆਂ ਆਪਣਾ ਪ੍ਰਚਾਰ ਕਰਦੀਆਂ ਪਈਆਂ। ਬੀਜੇਪੀ ਦਾ ਸਪੈਸੀਫਿਕਲੀ ਕਿਉਂ ਵਿਰੋਧ ਹੋ ਰਿਹਾ? ਕਿਉਂਕਿ ਦਿੱਲੀ ਕਿਸਾਨ ਗਏ ਆਪਣੇ, ਕਿੰਨੇ ਡੈਥ ਹੋਈ ਹੈ, ਡਰੋਨ ਨਾਲ ਬੰਬ ਸੱਟੇ ਜਾ ਰਹੇ ਆ। ਦਿੱਲੀ ਸਾਡੀ ਵੀ ਰਾਜਧਾਨੀ ਹੈ, ਕਿਸਾਨਾਂ ਦੀ ਰਾਜਧਾਨੀ, ਉਹਨਾਂ ਨੂੰ ਨਹੀਂ ਜਾਣ ਦਿੱਤਾ ਫਿਰ ਪੰਜਾਬ 'ਚ ਉਹਨਾਂ ਦਾ ਕੀ ਹੱਕ ਹੈ? ਦੋ ਵਾਰੀ ਬਿੱਟੂ ਜੀ MP ਬਣੇ ਆ ਆਪਣੇ, ਉਹਨਾਂ ਦਾ ਕੋਈ ਅੱਜ ਤੱਕ ਕਿਸੇ ਵਿਰੋਧ ਕੀਤਾ ਹੀ ਨਹੀਂ। ਚਲੋ ਦੋ ਵਾਰੀ MP ਬਣੇ ਦੇ ਵੋਟਾਂ ਪਾਈਆਂ, ਇਸ ਪਿੰਡ 'ਚ ਵੀ ਵੋਟਾਂ ਪੈਂਦੀਆਂ ਰਹੀਆਂ, ਬਟ ਇਹ ਵੀ ਬਿੱਟੂ ਜੀ ਦਾ ਕੋਈ ਵਿਰੋਧ ਨਹੀਂ ਸੀ, ਨਾ ਕਿਸੇ ਦਾ ਬਿੱਟੂ ਦਾ ਕੋਈ ਇੱਦਾਂ ਨਹੀਂ, ਉਹ ਤਾਂ ਸਿਰਫ BJP ਕਰਕੇ ਹੋਇਆ ਸੀਗਾ, ਬਾਕੀ ਇੱਦਾਂ ਦੀ ਕੋਈ ਗੱਲ ਨਹੀਂ, ਨਾ ਕੋਈ ਬਸ ਜਿੱਦਾਂ ਮਰਜ਼ੀ ਤੁਸੀਂ ਆਪ ਸਮਝ ਲਓ, ਤੁਸੀਂ ਸਿਆਣੇ ਹੋ।
ਹਾਂ ਬਾਕੀ ਇਹ ਵੀ ਦੋ ਵਾਰੀ ਤੁਹਾਨੂੰ ਪਤਾ ਐਮ ਪੀ ਬਣੇ ਨੇ ਆਪਾਂ ਲੋਕਾਂ ਨੇ ਜਿਤਾਇਆ ਉਹਨੂੰ ਠੀਕ ਨੀ ਐਕਚੁਲੀ ਪਤਾ ਕੀ ਗੱਲ ਹੈ ਜਦੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਜੀ ਨਾ ਕਿਸਾਨਾਂ ਦਾ ਵੀਰ ਜੀ ਉਦੋਂ ਬਿੱਟੂ ਦਾ ਹੱਕ ਬਣਦਾ ਜੀ ਨਾਲ ਕਿਸਾਨਾਂ ਦੇ ਨਾਲ ਜਾ ਕੇ ਖੜਨ ਦਾ ਜੀ ਉਦੋਂ ਤਾਂ ਉਹਨਾਂ ਦੇ ਨਾਲ ਖੜੇ ਨਹੀਂ ਬਿਲਕੁਲ ਅਤੇ ਹੁਣ ਜਿੱਦਾਂ ਪਿੰਡ ਦੇ ਵਿੱਚ ਆਉਂਦੇ ਨੇ ਭਾਅ ਜੀ ਜਿੱਦਾਂ ਹੁਣ ਕਿਸਾਨ ਹੋ ਗਏ ਮੰਨ ਲਓ ਜਿੱਦਾਂ ਅਸੀਂ ਵੀ ਖੜੇ ਹਾਂ ਅਸੀਂ ਵੀ ਕਿਸਾਨ ਹੀ ਹਾਂ ਭਾਅ ਜੀ ਕਹਿਣ ਦਾ ਮਤਲਬ ਚਲੋ ਸਾਡੇ ਕੋਲ ਖੇਤੀਬਾੜੀ ਤਾਂ ਹੈ ਨਹੀਂ ਜੀ ਵੀ ਇੱਕ ਕਿਸਾਨਾਂ ਦੇ ਵਿੱਚ ਵੀ ਅਸੀਂ ਚਲੋ ਛੋਟੇ ਹਾਂ ਜਿੱਦਾਂ ਆਪਣੀ ਮਿਹਨਤ ਮਜ਼ਦੂਰੀ ਕਰ ਲਈ ਆਪਣੀ ਅਸੀਂ ਉਹ ਕੰਮ ਕਰਨ ਵਾਲੇ ਹਾਂ ਜਿੱਦਾਂ ਕਿਸਾਨ ਹੋ ਗਏ ਇਹਨਾਂ ਦੇ ਨਾਲ ਜਾ ਕੇ ਇਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਸੀ ਉਦੋਂ ਇਹ ਖੜੇ ਨਹੀਂ ਹੁਣ ਆਉਂਦੇ ਨੇ ਫਿਰ ਉਹਨਾਂ ਨੂੰ ਤਾਂ ਭਾਅ ਜੀ ਫਿਰ ਉੱਦਾਂ ਬੁਰਾ ਲੱਗਦਾ ਨਾ ਅਸੀਂ ਇਹ ਆਰੇ ਲੱਗੇ ਨੇ ਜਿਤਾਇਆ ਦੋ ਵਾਰੀ ਇਹ ਚੰਗਾ ਸਾਡੇ ਪਿੰਡ ਨਹੀਂ ਆਇਆ ਜੀ ਇਹਦਾ ਕਟਾਪਾ ਕਰੋ ਅਸੀਂ ਬੀਜਤੀ ਹੈ ਜੀ ਇਹ ਚੰਗਾ ਸਭ ਸ਼ੁਕਰ ਮਗਰੂ ਲੈ ਗਿਆ ਸਾਡੇ ਪਿੰਡ ਕੋਈ ਚੰਗਾ ਕੰਮ ਨਹੀਂ ਇਹਨੇ ਕੀਤਾ ਜੋ ਵੀ ਕੰਮ ਇਹਨੇ ਕੀਤਾ ਸਾਰੇ ਮਾੜੇ ਗਏ ਇਹ ਆ ਅਸੀਂ ਲੋਕਾਂ ਨੂੰ ਦੋ ਦੋ ਕਿਲੋ ਘਿਓ ਖੰਡ ਦਿਆਂਗਾ ਝੂਠੇ ਵਹਿਦੇ ਕਰਕੇ ਗਿਆ ਸੀ ਇੰਨਾ ਝੂਠ ਤਫਾਨ ਬੋਲ ਕੇ ਗਿਆ ਤੂੰ ਜ਼ਿਆਦਾ ਇਹ ਤਾਂ ਦੁਨੀਆ ਬੜੀ ਤੰਗ ਸੀ ਅਸੀਂ ਤਿਆਰ ਹੋ ਗਏ ਡੰਡੇ ਧਰ ਕੇ ਆਏ ਹਾਂ ਵੀ ਇਹਨੂੰ ਜਲਦੀ ਪਰੇਡ ਕਰਕੇ ਕਲੋ ਅੱਜ ਪਿੰਡ ਵਾਲੇ ਵੀ ਤਿਆਰ ਸੀ ਉਹਨੂੰ ਭਜਾਉਣ ਵਾਸਤੇ ਪਿੰਡ ਵਾਲੇ ਤਿਆਰ ਸੀ ਉਹਨੂੰ ਐਨ ਸਵਾਗਤ ਟਿਕਾ ਕੇ ਕਰਨਾ ਹੁੰਦਾ ਚੰਗੀ ਤਰ੍ਹਾਂ ਪਰ ਮੁੜ ਕੇ ਇਲੈਕਸ਼ਨ ਇੰਨਾ ਖੜਦਾ ਹੈ ਇਹ ਚੋਰ ਬਿੱਟੂ ਇੱਕ ਪਾਰਟੀ ਛੱਡੀ ਇਹਨੇ ਕਾਂਗਰਸ ਜਾਂ ਕਈ ਪਾਰਟੀ ਬਲਕਿ ਹੁਣ BJP ਆਪਣੀ ਇਹਨੂੰ ਬਦਨਾਮ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਇਕਬਾਲ ਸਿੰਘ ਬੈਂਸ ਭਾਰਤੀ ਕਿਸਾਨ ਯੂਨੀਅਨ ਦੁਆਬਾ ਫਲੋਰ ਆਏ ਤਾਂ ਸਪਸ਼ਟ ਆ ਕਿ ਜਿੰਨੇ ਕਿਸਾਨ ਆਏ ਨੇ ਉਹ ਵਿਰੋਧਤਾ ਕਰਨ ਆਏ ਨੇ ਕਾਰਨ ਕੀ ਹੈ ਉਹ ਵੀ ਤਕਰੀਬਨ ਹੁਣ ਪੰਜਾਬ 'ਚ ਕੋਈ ਇੱਦਾਂ ਦਾ ਬੰਦਾ ਨਹੀਂ ਹੈ ਜਿਹਨੂੰ ਨਹੀਂ ਪਤਾ ਕਿ ਵਿਰੋਧਤਾ ਕਿਉਂ ਹੋ ਰਹੀ ਹੈ ਪੰਜਾਬ ਦੇ ਹਕੂਕਾਂ ਖਾਤਰ ਹੱਕਾਂ ਖਾਤਰ ਜ਼ਮੀਨਾਂ ਖਾਤਰ ਜ਼ਮੀਰਾਂ ਖਾਤਰ ਇਹ ਜਿਹੜੀ ਜੰਗ ਆ ਇਹ ਦਿੱਲੀ ਤਾਕਤ ਅਤੇ ਪੰਜਾਬ ਸਰਕਾਰ ਨਾਲ ਦੋਨਾਂ ਨਾਲ ਹੀ ਹੈ ਕਿਉਂਕਿ ਦੋਨਾਂ ਨਾਲ ਤਾਂ ਹੈ ਕਿ ਜੋ ਪਿਛਲਿਆਂ ਸਾਲਾਂ 'ਚ ਮੋਦੀ ਸਰਕਾਰ ਨੇ ਕੀਤਾ ਉਹੀ ਹੁਣ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਉਹ ਕਰਨ ਦੀ ਕੋਸ਼ਿਸ਼ ਕੀਤੀ 9 ਜਿਹੜੀਆਂ ਜ਼ਿਲ੍ਹਿਆਂ ਦੀਆਂ ਮਾਰਕੀਟ ਕਮੇਟੀਆਂ ਬੰਦ ਕਰਕੇ 26 ਮੰਡੀਆਂ ਨੂੰ ਪੰਜਾਬ 'ਚੋਂ ਬੰਦ ਕਰਨ ਦਾ ਜਿਹੜਾ ਉਹਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਉਹ ਤਾਂ ਕਿਸਾਨ ਜਥੇਬੰਦੀਆਂ ਦੀ ਵਿਰੋਧਤਾ ਸੀ ਕਿ ਉਹਦੇ ਕਰਕੇ ਉਹਨਾਂ ਨੂੰ ਦੁਬਾਰਾ ਉਹ ਵਾਪਸ ਲੈਣਾ ਪਿਆ ਇਸ ਕਰਕੇ ਵਿਰੋਧਤਾ ਇਹ ਨਹੀਂ ਹੈ ਵੀ ਇਕੱਲੀ BJP ਦੀ ਹੈ ਜਿਹੜੇ ਹੋਰ ਵੀ ਕੈਂਡੀਡੇਟ ਆਉਂਦੇ ਨੇ ਸਵਾਲ ਜਵਾਬ ਉਹਨਾਂ ਨੂੰ ਵੀ ਕੀਤੇ ਜਾਂਦੇ ਨੇ ਸ਼ਾਂਤੀਪੂਰਨ ਢੰਗ ਨਾਲ ਸਾਰਾ ਕੰਮ ਚੱਲੇਗਾ ਦੇਖੋ ਜੀ ਜੇ ਅਸੀਂ ਆਏ ਹਾਂ ਆਏ ਤਾਂ ਅਸੀਂ ਉਹਨਾਂ ਨਾਲ ਇਹ ਕਹਿਣਾ ਆਏ ਹਾਂ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਜੋ ਕੁਛ ਹੋਇਆ ਪਿਛਲੇ ਸਮੇਂ ਵਿੱਚ ਉਹਨੂੰ ਦਰਕਿਨਾਰ ਕਰਕੇ ਦੁਬਾਰਾ ਵੋਟਾਂ ਮੰਗਣ ਆ ਗਏ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਪੱਤਰਕਾਰ ਹੋ ਜਿਹੜੀਆਂ ਇੱਕ ਉਪ ਚੋਣਾਂ ਹੁੰਦੀਆਂ ਕਿਸੇ ਵੀ ਜ਼ਮੀਨੀ ਚੋਣ ਜਿਹਨੂੰ ਆਪਾਂ ਕਹਿੰਦੇ ਹਾਂ ਕਿਸੇ ਜ਼ਿਲ੍ਹੇ ਦੀ ਹੁੰਦੀ ਆ MP ਦੀ ਹੁੰਦੀ ਜਾਂ MLA ਦੀ ਹੁੰਦੀ ਤਾਂ ਕਿੰਨਾ ਖਰਚ ਆਉਂਦਾ ਇਹਨਾਂ ਦਲਿਆਂ ਨੂੰ ਕੋਈ ਮਾੜੀ ਮੋਟੀ ਸ਼ਰਮ ਹੈ ਇਸ ਪਾਰਟੀ 'ਚੋਂ ਚੋਣਾਂ ਲੜ ਕੇ 2.5 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਪਾਰਟੀ ਛੱਡੀ ਦੂਜੀ 'ਚ ਡੱਡੂ ਛਾਲ ਮਾਰ ਕੇ ਜਾ ਵੜੇ ਉਹਦੀਆਂ ਵੋਟਾਂ ਫਿਰ ਪੈਂਦੀਆਂ ਉਹਦਾ ਖਰਚ ਦਾ ਬੋਝ ਕਿਹਨਾਂ 'ਤੇ ਪੈਂਦਾ ਆਮ ਲੋਕਾਂ 'ਤੇ ਪੈਂਦਾ ਨਾ ਜਿਹੜੇ ਲੋਕ ਜਾਗੇ ਨੇ ਉਹ ਜਦੋਂ ਇਹ ਸਵਾਲ ਪੁੱਛਦੇ ਨੇ ਜਵਾਬ ਦੇਣ ਤੋਂ ਭੱਜਦੇ ਨੇ ਇਹਨਾਂ ਕੋਲ ਜਵਾਬ ਹੈ ਨਹੀਂ ਗੱਲ ਤਾਂ ਇਹ ਹੈ ਜੇ ਗੋਲੀਆਂ ਚਲਾਉਣੀਆਂ ਤੁਸੀਂ ਆਪਣਿਆਂ 'ਤੇ ਚਲਾਉਣੀਆਂ ਉਹ ਵੀ ਆਰਮੀ ਦੇ ਜ਼ਰੀਏ ਚਲਾਉਣੀਆਂ ਉਹ ਵੀ ਆਪਣੇ ਦੇਸ਼ 'ਚੋਂ ਆਪਣੀ ਰਾਜਧਾਨੀ ਜਾਂਦਿਆਂ ਲੋਕਾਂ 'ਤੇ ਚਲਾਉਣੀਆਂ ਫਿਰ ਇਹੋ ਜਿਹੀਆਂ ਸਰਕਾਰਾਂ ਆਪਾਂ ਕੀ ਕਰਨਗੇ ਫਿਰ ਰਾਜ ਹਿਟਲਰ ਦਾ ਮਾੜਾ ਸੀ ਅੰਗਰੇਜ਼ਾਂ ਦਾ ਮਾੜਾ ਸੀ ਇਹਨਾਂ ਲੋਕਾਂ ਨੂੰ ਲੋਕਤੰਤਰ ਕਰਕੇ ਚੁਣਿਆ ਜਾਂਦਾ ਲੋਕਾਂ ਨਾਲ ਗੱਲ ਕਰਕੇ ਕਰਨ ਕਰਕੇ ਚੁਣਿਆ ਜਾਂਦਾ ਅੱਜ ਵੀ ਅਸੀਂ ਲੋਕਤੰਤਰ ਦੇ ਥੱਲੇ ਹੀ ਇਹਨਾਂ ਨਾਲ ਗੱਲ ਕਰਨਾ ਹੈ ਇਹ ਚੋਣ ਕਮਿਸ਼ਨ ਵੱਲੋਂ ਵੀ ਔਰ ਲੋਕਤੰਤਰ ਵੱਲੋਂ ਵੀ ਸਾਨੂੰ ਅਧਿਕਾਰ ਆ ਜਿਹੜਾ ਲੀਡਰ ਵੋਟਾਂ ਮੰਗਣ ਆਉਂਦਾ ਅਸੀਂ ਉਹਨੂੰ ਆਪਣੇ ਜਿਹੜੇ ਸਵਾਲ ਆ ਉਹ ਪੁੱਟ ਕਰਨੇ ਹੈ ਅਗਰ ਜਵਾਬ ਦੇਣਗੇ ਠੀਕ ਆ ਨਹੀਂ ਤਾਂ ਅਸੀਂ ਨਾਰੇ ਲਾ ਕੇ ਵਿਰੋਧਤਾ ਕਰਾਂਗੇ ਧੰਨਵਾਦ ਸਿੰਘ ਹਾਂਜੀ ਇੱਥੇ ਇਕੱਠੇ ਹੋਏ ਉਹਦੇ ਬਾਰੇ ਦੱਸ ਦਿਓ
ਖੋਸਾ ਯੂਨੀਅਨ, ਸੁਖਜਿੰਦਰ ਸਿੰਘ ਖੋਸਾ ਯੂਨੀਅਨ ਦੇ ਮੈਂਬਰ ਹਾਂ। ਅੱਜ ਤੁਸੀਂ ਇੱਥੇ ਬਿੱਟੂ ਦਾ ਘਰਾਓ ਕਰਨ ਆਏ ਹੋ, ਉਹਦੇ ਬਾਰੇ ਦੱਸਦੇ ਹੋ। ਬਿੱਟੂ ਦਾ ਘਰਾਓ ਅਸੀਂ ਚਾਹ ਨੂੰ ਕਰਨ ਲਈ ਵਾਸਤੇ ਆਏ। ਬਿੱਟੂ ਖੁਦ ਕਹਿ ਰਿਹਾ ਕਿ ਕਿਸਾਨ ਆ ਕੇ ਮੇਰਾ ਘਰਾਓ ਕਰਨ, ਫਿਰ ਪਤਾ ਲੱਗ ਜੇ। ਸਾਡੀ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ ਗੀ, ਸਾਡੀ ਤਾਂ ਆਪਣੀ ਮੰਗਾਂ ਵਾਸਤੇ ਆ। ਇਹ ਪਹਿਲਾਂ ਕਾਂਗਰਸ 'ਚ ਹੀ, ਹੁਣ ਇਹਨੇ ਟੱਪੂ ਸਿੰਘ ਮਾਰੀ ਦਲ ਬਦਲੂ ਤਾਂ BJP 'ਚ ਆ ਗਿਆ। ਜੇ ਹੁਣ BJP 'ਚ ਆ ਗਿਆ ਤਾਂ ਫਿਰ ਕਿਸਾਨ ਅਤੇ ਮੰਗਾਂ ਜੀ ਉੱਥੇ ਹੀ ਖੜੀਆਂ, MFC ਦੀਆਂ ਮੰਗਾਂ। ਠੀਕ ਹੈ ਜੀ, ਸਾਡੇ ਕਿਸਾਨ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ, 15-20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ 22 ਸਾਲ ਦਾ ਜਵਾਨ ਸਾਡਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਸੋ ਇਸ ਕਰਕੇ ਇਹਨੂੰ ਇਹ ਕੁਐਸਚਨ ਹੀ ਪੁੱਛਣਾ ਬਾਈ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਦੇ ਬਾਰੇ ਕੀ, ਤੂੰ ਵੋਟਾਂ ਮੰਗਣ ਆਇਆ। ਜੇ ਸਾਡਾ ਕਿਸਾਨ ਦਿੱਲੀ ਨਹੀਂ ਜਾ ਸਕਦਾ ਤਾਂ ਫਿਰ ਦਿੱਲੀ ਵਾਲੇ ਵੋਟਾਂ ਮੰਗਣ ਪੰਜਾਬ 'ਚ ਕਿੱਦਾਂ ਆ ਸਕਦੇ? ਜੇ ਸਾਡੇ ਲਈ ਐਡੇ ਐਡੇ ਸਰੀਏ ਲੱਗ ਸਕਦੇ ਆ, ਕੰਧਾਂ ਹੋ ਸਕਦੀਆਂ, ਬੈਠੇ ਕਿਸਾਨਾਂ ਦੇ ਉੱਤੇ ਗੋਲੀ ਚੱਲ ਸਕਦੀ ਆ। ਹਰਿਆਣਾ ਸਰਕਾਰ BJP ਦੀ ਬੈਠੇ ਕਿਸਾਨਾਂ 'ਤੇ ਗੋਲੀ ਚਲਾਉਂਦੀ ਆ, ਕੋਈ FRI ਨਹੀਂ। ਉੱਥੋਂ ਦੇ ਮੁੱਖ ਮੰਤਰੀ ਦੇ, ਉੱਥੋਂ ਦੇ ਗ੍ਰਹਿ ਮੰਤਰੀ ਦੇ, ਉਹ ਪ੍ਰਸ਼ਾਸਨ 'ਤੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਲੇਕਿਨ 7 ਦਿਨ ਨੌਜਵਾਨ ਦੀ ਲਾਸ਼ ਪਈ ਰਹੀ, ਉਹਨਾਂ 'ਤੇ ਕਾਰਵਾਈ ਨਹੀਂ ਹੋਈ। ਕਿਉਂ? 0 FRI। ਕਿਉਂ ਵੀ? ਜਦੋਂ ਉਹ ਸਾਹਮਣੇ ਲੋਕਾਂ ਨੇ ਮਾਰਿਆ, ਦਿਨੇ ਮਾਰਿਆ, ਅਥਰੂ ਗੈਸ ਚਲਾਏ, ਅਤੇ ਉਹ 'ਤੇ FIR ਹੋਣ 'ਚ ਕੀ ਪ੍ਰੋਬਲਮ ਹੈ? ਬਿਲਕੁਲ ਸ਼ਾਂਤੀ ਢੰਗ ਨਾਲ ਸਾਡਾ ਭਾਨ ਚਾਹੀਦਾ। ਪ੍ਰਸ਼ਾਸਨ ਨੂੰ ਵੀ ਰਿਕੁਐਸਟ ਕੀਤੀ ਆ ਕਿ ਸ਼ਾਂਤ ਬਈ ਉਹਦੇ ਨਾਲ ਕੁਐਸਚਨ ਕਰਨੇ, ਬਸ ਉਹਨੂੰ ਵੀ ਸਾਡੀਆਂ ਇਹ ਮੰਗਾਂ ਦਾ ਜਵਾਬ ਦਿਓ। ਜਿਹੜੀ ਸ਼ਾਂਤ ਬਈ ਆ, 1-2 ਕਰੋੜ ਕਹਿੰਦਾ ਸੀ ਨੌਕਰੀ ਦੇਣੀ ਆ ਮੋਦੀ ਸਾਹਿਬ, ਉਹ ਨਹੀਂ ਮਿਲੀ। 15 ਲੱਖ ਸਾਰੇ ਲੋਕ ਡੀਕਣ ਰਹੇ ਆ, 15 ਲੱਖ ਨਹੀਂ ਆਇਆ, 15 ਲੱਖ ਦਿੱਤਾ ਜਾਵੇ। ਇਹ ਕਹਿੰਦਾ ਵੀ ਜਿਹੜਾ ਕਾਲਾ ਧਨ ਬਾਹਰ ਪਿਆ ਸਾਰਾ ਆਜੂਗਾ, ਅਜੇ ਤੱਕ ਕਿੱਥੇ ਆ? ਕੋਈ ਕਾਲਾ ਧਨ ਨਹੀਂ ਆਇਆ। ਧੰਨਵਾਦ। ਜੇ ਹੁਣ ਕਿਸਾਨ ਜਥੇਬੰਦੀ ਚਲੇ ਗਈ ਹੈ, ਹਾਂਜੀ, ਜੇ ਹੁਣ ਬਿੱਟੂ ਵੱਲੋਂ ਹੁਣ ਆ ਜਾਂਦਾ ਤੇ ਫਿਰ 1 ਮਿੰਟ 'ਚ ਆ ਜਾਂਦੇ? ਤੁਹਾਡੇ ਪਿੰਡ ਵੱਲੋਂ ਕੀ ਵਿਰੋਧ ਕੀਤਾ ਜਾਊਗਾ? ਤੇ ਪਿੰਡ ਵਾਲੂ ਵੀ ਹੈਗਾ, ਸਾਰਿਆਂ ਦੇ ਹੈਗਾ, ਸਾਰੇ ਇਕੱਠੇ ਆ ਪਿੰਡ ਵੱਲੋਂ ਵਿਰੋਧ ਕੀਤਾ ਜਾਏ? ਹਾਂਜੀ, ਪਿੰਡ ਵਾਲੂ ਪੱਕਾ ਝੂਠੇ ਵਾਅਦੇ ਕਰਦਾ ਜੀ, ਝੂਠੇ ਵਾਅਦੇ ਕਰਕੇ ਗਏ ਆ। ਹਾਂਜੀ, ਪਹਿਲਾਂ ਕਾਂਗਰਸ 'ਚ ਰਹੇ ਆ 5 ਸਾਲ, 5 ਸਾਲ ਪਲਟੀ ਮਾਰ ਗਏ, ਹੁਣ ਉੱਥੇ ਹੋਣਾ ਬਿੱਟੂ ਹੁਣ ਆਪਣੇ, ਉਹਨਾਂ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੇ ਲਾਲਚ ਪਿੱਛੇ ਦੁਨੀਆ ਨੂੰ ਇੱਕ ਬੇਪੂ ਬਣਾਇਆ, ਆਪਣੇ ਦੇ ਤ੍ਰੇਤ ਦੇ ਚੱਲ ਗਏ ਨੇ। ਬਾਕੀ ਦੁਨੀਆ ਤਾਂ ਖਰਾਬ ਹੋ ਗਈ ਇੱਕ ਦੀ ਵਜ੍ਹਾ ਨਾਲ, ਹੁਣ ਇਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ, ਕੁਰਸੀਆਂ ਖਾਲੀ ਦੇਖ ਲਓ, ਮਾੜੀਆਂ ਕੁਰਸੀਆਂ ਦੀ ਪਾ ਦਿਓ, ਇੰਨਾ ਹੀ ਬਹੁਤ ਆ। ਚਾਹ ਵੀ ਰਹਿ ਗਏ, ਪਕੌੜੇ ਵੀ ਇਹਨਾਂ ਦੇ, ਚਾਹ ਪਕੌੜੇ ਸਭ ਰਹਿ ਗਏ ਇਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਮਾਲਵਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਦੁਆਬਾ। ਅਤੇ ਅੱਜ ਸ਼ੋਲਿਆਂ ਪਿੰਡ ਜਿਹੜੀ ਮੀਟਿੰਗ ਰਵਨੀਤ ਸਿੰਘ ਬਿੱਟੂ ਨੇ ਰੱਖੀ ਸੀ, ਉੱਥੇ ਅੱਜ ਸਾਨੂੰ ਜਦ ਪਤਾ ਲੱਗਿਆ ਤਾਂ ਮੇਰੀ ਜਥੇਬੰਦੀ ਅਤੇ ਨਾਲ ਦੀਆਂ ਸਾਥੀ ਜਥੇਬੰਦੀਆਂ, ਉਹਨਾਂ ਨੇ ਸਾਥ ਸਦਕਾ ਅਤੇ ਪਿੰਡ ਦੀ ਜਿਹੜੀ ਜਿੰਨੀ ਪਿੰਡ ਦੀ ਪੰਚਾਇਤ ਆ, ਪਿੰਡ ਦੇ ਲੋਕ ਆ, ਸਾਰਿਆਂ ਦੇ ਸਾਥ ਦੇ ਨਾਲ ਨਾਲ ਅੱਜ ਅਸੀਂ ਜਿਹੜਾ ਇਹਨੇ ਰਵਨੀਤ ਬਿੱਟੂ ਨੇ ਉਰੇ ਆਉਣਾ ਸੀ, ਉਹ ਇਹਦਾ ਆਉਣਾ, ਇਹਨੂੰ ਸਵਾਲ ਪੁੱਛਣਾ, ਉਹ ਇਹਦਾ ਸਾਰਾ ਫੇਲ ਹੋ ਗਿਆ। ਤੁਸੀਂ ਦੇਖ ਸਕਦੇ ਆ ਵੀ ਸਾਰੀਆਂ ਕੁਰਸੀਆਂ ਖਾਲੀ ਆ, ਇਹਦਾ ਸਾਰਾ ਪਲਾਨ ਫਲੋਪ ਹੋ ਗਿਆ। ਅਤੇ ਇਸੇ ਤਰ੍ਹਾਂ ਮੈਂ ਸਾਰੇ ਪਿੰਡ ਵਾਲਿਆਂ ਦਾ ਧੰਨਵਾਦੀ ਹਾਂ ਅਤੇ ਸਾਰੇ ਮੇਰੇ ਜਿਹੜੇ ਨਾਲ ਵੀਰ ਆ ਉਹਨਾਂ ਦਾ, ਸਾਰਿਆਂ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ, ਪੰਜਾਬ ਦੇ ਕਿਸਾਨਾਂ ਦੇ ਖਿਲਾਫ਼ ਜੋ ਨੀਤੀਆਂ ਕੇਂਦਰ ਸਰਕਾਰ BJP ਸਰਕਾਰ ਬਣਾ ਰਹੀ ਆ, ਇਹ ਉਹਦੇ ਖਿਲਾਫ਼ ਦੇ ਵਿੱਚ ਹੀ ਸਾਰਾ ਪ੍ਰੋਟੈਸਟ ਹੋਇਆ ਵਾ। ਰਵਨੀਤ ਬਿੱਟੂ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਰਹਿੰਦੇ ਹੋਏ ਇਸ ਇਲਾਕੇ 'ਚੋਂ ਜਿੱਤ ਹਾਸਿਲ ਕੀਤੀ ਸੀ, ਉਹਨਾਂ ਦੇ BJP ਦੇ ਵਿੱਚ ਜਾਣ ਕਰਕੇ ਹੀ ਇਹ ਸਾਰਾ ਵਿਰੋਧ ਚੱਲ ਰਿਹਾ ਸੀ।
ਕਿਉਂਕਿ ਲੋਕ ਕਾਂਗਰਸ ਨੂੰ ਵੀ ਚਾਹੁੰਦੇ ਸੀ ਅਤੇ ਲੋਕ ਅਕਾਲੀ ਦਲ ਨੂੰ ਵੀ ਚਾਹੁੰਦੇ ਸੀਗੇ, ਪਰ ਬੀਜੇਪੀ ਦੀਆਂ ਗਲਤ ਨੀਤੀਆਂ ਜੋ ਪੰਜਾਬ ਸਰਕਾਰ ਦੇ ਉਹਨਾਂ ਨਾਲ ਰਲ ਕੇ ਚਲਾ ਰਹੀ ਆ, ਇਹ ਸਾਰਾ ਵਿਰੋਧ ਉਹਦੇ ਵਿੱਚ ਸੀ। ਅੱਜ ਬੀਟੂ ਜੀ ਨੇ ਆਉਣਾ ਸੀ ਪਰ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਵਾ, ਇਹ ਲੋਕਾਂ ਦਾ ਹੱਕ ਵੀ ਸੀਗਾ। ਅਤੇ ਬੀਟੂ ਜੀ ਜੇ ਸੱਚੇ ਹੁੰਦੇ ਤਾਂ ਲੋਕਾਂ ਦਾ ਜਵਾਬ ਦੇ ਕੇ ਜਾਂਦੇ। ਪਿੰਡ ਵੀ ਤਾਂ ਕਿਸਾਨਾਂ ਦੇ ਵਿੱਚ ਹੈ ਜੀ, ਸਾਡਾ ਤਾਂ ਦੋ ਵੱਧ ਪਿੰਡ ਕਿਸਾਨੀ 'ਚ ਵਿੱਚ ਆ, ਪੂਰਾ ਪੰਡਾਲ ਹੀ ਖਾਲੀ ਪਿਆ। ਹਾਂਜੀ, ਪੰਡਾਲ ਪੂਰਾ ਖਾਲੀ ਸੀਗਾ, ਉਹ ਆਏ ਨਹੀਂ ਹੈਗੇ, ਉਹਨਾਂ ਨੂੰ ਆਉਣਾ ਚਾਹੀਦਾ ਸੀ। ਅਗਲੇ ਉਹ ਪਿਛਲੀ ਵਾਰੀ ਉਹ MP ਰਹੇ ਨੇ, ਉਹਨਾਂ ਨੇ MP ਰਹਿੰਦੇ ਹੋਏ ਜੇ ਪਿੰਡ ਵਾਸਤੇ ਕੋਈ ਕੰਮ ਕੀਤਾ ਤਾਂ ਇੱਥੇ ਜਵਾਬ ਦੇ ਕੇ ਜਾਂਦੇ, ਕੋਈ ਜਵਾਬ ਨਹੀਂ ਉਹਨਾਂ ਕੋਲ, ਕਿਉਂਕਿ ਉਹ 5 ਸਾਲ ਬਾਅਦ ਹੀ ਆਏ ਨੇ ਵੋਟਾਂ ਮੰਗਣ ਆਉਂਦੇ, ਅੱਗੇ ਵੀ ਵੋਟਾਂ ਮੰਗਣੀ ਆਉਂਦੇ ਆ। ਹੁਣ ਵੀ ਉਹਨਾਂ ਦਾ ਹੀ ਹਾਲ। ਕੀ ਨਾਮ ਕੀ ਤੁਹਾਡਾ ਜੀ? ਮਨੋਹਰ ਸਿੰਘ। ਕਿਹੜਾ ਪਿੰਡ? ਪਿੰਡ ਕੁਤਬੇਵਾਲ ਗੁੱਜਰਾਂ। ਇੱਥੇ ਕੋਈ ਪ੍ਰੋਗਰਾਮ ਸੀਗਾ? ਇੱਥੇ ਬਿੱਟੂ ਨੇ ਆਉਣਾ ਸੀਗਾ ਜੀ। ਅਤੇ ਕੀ ਗੱਲ, ਪਹੁੰਚੇ ਨਹੀਂ? ਨਹੀਂ ਪਹੁੰਚੇ ਨਹੀਂ ਜੀ। ਕੀ ਵਜ੍ਹਾ ਹੋਗੀ ਜੀ? ਵਜ੍ਹਾ ਧਰਨ ਆਪਣੇ ਕਿਸਾਨ ਆ ਗਏ ਸੀ ਬਹੁਤ ਜ਼ਿਆਦਾ। ਅੱਛਾ ਜੀ। ਉਹ ਪਤਾ ਨਹੀਂ ਕਿੱਦਣ ਆ ਗਿਆ, ਰੂਟ ਚੇਂਜ ਕਰਤਾ ਹੈ। ਹਾਂਜੀ। ਕੀ ਵਜ੍ਹਾ ਕੀ ਹੋਈ, ਕਿਉਂ ਨਹੀਂ ਪਹੁੰਚੇ ਹੋ? ਹਾਂਜੀ। ਕੀ ਵਜ੍ਹਾ ਹੋ ਸਕਦੀ ਹੈ? ਅਤੇ ਇਹਨਾਂ ਨਾਲ ਥੋੜ੍ਹੀ ਕੀਤੀ ਆ ਉਹਨੇ। ਅੱਛਾ ਜੀ। ਭਾਜਪਾ ਵਾਲਿਆਂ ਨੇ। ਹਾਂਜੀ ਹਾਂਜੀ। ਬਾਰਡਰ 'ਤੇ ਹੁਣ ਉਹ ਇਹ ਕਾਬੂ ਆਏ ਹੋਏ ਜੱਟਾਂ ਦੇ। ਲਖਵਿੰਦਰ ਸਿੰਘ। ਇਸ ਪਿੰਡ ਦੇ ਸਰ? ਹਾਂਜੀ ਸਰ। ਕੀ ਪ੍ਰੋਗਰਾਮ ਦਿੱਤਾ ਜੀ? ਪ੍ਰੋਬਲਮ ਇਹਦਾ ਵੀ 10 ਸਾਲ ਇਹਨੂੰ ਮੌਕਾ ਦਿੱਤਾ ਜੀ, 10 ਸਾਲਾਂ ਦਾ ਸਾਡੇ ਪਿੰਡ ਵਿੱਚ ਕਦੇ ਗੇੜਾ ਨਹੀਂ ਮਾਰਿਆ ਨੇ, 10 ਸਾਲ ਲੁਧਿਆਣੇ ਦੇ MP ਰਿਹਾ, ਹੁਣ ਵੋਟਾਂ ਕਿਹੜੇ ਮੂੰਹ ਨਾਲ ਮੰਗਣਾ ਆ? ਕਹਿਣ ਦਾ ਮਤਲਬ ਪਾਰਟੀ ਦੂਜੀ 'ਚ ਆ ਗਿਆ, ਉਦੋਂ ਕਿਸਾਨਾਂ ਦੇ ਖਿਲਾਫ਼ ਇਹ ਗਲਤ ਬਿਆਨ ਕਰਦਾ ਸੀ, ਅਤੇ ਹੁਣ ਵੋਟਾਂ ਮੰਗਣ ਦਾ ਕਿਸ ਗੱਲ ਦਾ ਹੱਕਦਾਰ ਆ? ਕੁਰਸੀਆਂ ਤਾਂ ਖਾਲੀ ਰਹਿਣੀ ਇਹਦੀਆਂ। ਇਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ, ਉਹ ਤੁਹਾਡੇ ਪਿੰਡ ਦੇ ਸੀਗੇ? ਉਹ ਕੋਈ 2-4 ਬੰਦੇ ਹੋਣਗੇ, ਇੱਦਾਂ ਨਹੀਂ ਆਪਾਂ ਕਹਿ ਸਕਦੇ, 2-4 ਬੰਦੇ ਹੋਣਗੇ, ਆਪਾਂ ਕਿਸੇ ਦੇ ਵਾਰ ਖਿਲਾਫ਼ ਨਹੀਂ ਬੋਲ ਸਕਦੇ।